ज्वेलरी की दुकान पर चोरों ने सेंध लगाकर करोड़ों की चांदी और सोने पर हाथ साफ कर दिया है। मामला अमृतसर का है, जहां पर ये घटना घटित हुई है और दुकानदार के मुताबिक 1 करोड़ से ज्यादा उनका नुकसान हुआ है और पुलिस का ये कहना है कि 2 चोरों ने इस घटना को अंजाम दिया है और दुकान के सामने लगे CCTV में चोरों की फुटेज भी कैद हुई है और पुलिस का ये आश्वासन है कि चोरों को जल्दी ही गिरफ्तार भी किया जाएगा। ਕੱਲ ਰਾਤ ਕੋਈ 2 ਤਕਰੀਬਨ 2 ਕੁ ਵਜੇ ਨਾ ਕੋਈ 2 ਜਣੇ ਆਏ ਆ, ਉਹਨਾਂ ਪਿੱਛੋਂ ਕੰਧ ਜਿਹੜੀ ਉਹਨਾਂ ਨੇ ਤੋੜ ਕੇ ਜਿਹੜਾ ਅੰਦਰ ਸਾਰਾ ਸਮਾਨ ਸੀ ਚਾਂਦੀ ਦਾ, ਕੋਈ ਤਕਰੀਬਨ 80 ਲੱਖ 90 ਲੱਖ ਦੀ ਚਾਂਦੀ ਹੋਣੀ ਅਤੇ 1.25 ਕਰੋੜ ਦੇ ਲਾਗੇ ਜਾ ਕੇ ਜਿਹੜਾ ਨੁਕਸਾਨ ਉਹਨਾਂ ਨੇ ਸਾਰਾ ਕੀਤਾ। ਜੋ ਵੀ ਆਪਣੀ ਕੀਮਤੀ ਚੀਜ਼ ਆ, ਕੈਸ਼ ਆ, 3-4 ਲੱਖ ਪੰਚਲ ਜਿਹੜਾ ਕੈਸ਼ ਆ ਉਹ ਵੀ ਲੈ ਗਏ ਆ, ਜਿਹੜੇ ਦਰੋ ਵਿੱਚ ਰੱਖਿਆ ਸੀ ਗੱਲੇ ਜਿਹੜੇ ਆ ਉਹ ਵੀ ਪੁੱਟ ਕੇ ਲੈ ਗਏ ਸਾਰੇ ਹੀ ਉਹ। ਹਾਂਜੀ, CCTV ਆਈ ਸਾਹਮਣੇ, CCTV 2 ਜਣੇ ਆਏ ਆ, ਹੁਣ ਇਹ ਨਹੀਂ ਪਤਾ ਕਿੱਧਰੋਂ ਦੀ ਆਏ ਕਿੱਧਰੋਂ ਨਹੀਂ ਆਏ, ਹੁਣ ਥੋੜ੍ਹਾ ਜਿਹਾ ਚਲੋ ਜਾਂਚ ਪੜਤਾਲ ਕਰਾਂਗੇ ਅਤੇ ਫਿਰ ਜਿਹੜੀ ਬਣਦੀ ਕਾਰਵਾਈ ਉਹ ਆਪਣੇ ਜਿੰਨੇ ਆਪਣੇ ਮੁਲਾਜ਼ਮ ਸਾਥੀ ਉਹਨਾਂ ਨੂੰ ਦੇਵਾਂਗੇ। ਕਿਹੜੀ ਜਗ੍ਹਾ ਦੁਕਾਨ, ਕੀ ਨਾਮ ਦੁਕਾਨ? ਚਰਨਜੀਤ ਜਵੈਲਰ ਆ, ਇਹ ਮੇਨ ਘਣਪੁਰ ਕਾਲੇ ਪਿੰਡ ਖੰਡ ਵਾਲੇ। ਕੱਲ੍ਹ ਇਹ ਜੀ ਗੁਰਦੁਆਰਾ ਸ੍ਰੀ ਗੁਰਗੋਬਿੰਦ ਪਾਤਸ਼ਾਹ ਦਾ ਖੰਡ ਵਾਲੇ ਪਿੰਡ ਆ ਅਤੇ ਚਰਨਜੀਤ ਸਿੰਘ ਜਵੈਲਰ ਦੀ ਦੁਕਾਨ ਆ, ਉੱਥੇ ਰਾਤ ਚੋਰੀ ਹੋਈ ਆ, ਉਹ ਦੇਖ ਲੈਂਦੇ ਹਾਂ, CCTV ਕੈਮਰੇ ਚੈੱਕ ਕਰ ਰਹੇ ਹਾਂ ਅਤੇ ਟਰੇਸ ਕਰਾਂਗੇ ਜੀ, ਬੰਦੇ ਫੜਾਂਗੇ। ਇਹ ਮਾਲਕਾਂ ਨਾਲ ਪਤਾ ਕਰਦੇ ਹਾਂ ਜੀ, ਮਾਲਕਾਂ ਕੋਲ ਸਾਰਾ ਵੀ ਇਹ ਸੋਨਾ ਜਾਂ ਚਾਂਦੀ ਕਿੰਨੇ ਦੀ ਹੈ, ਕਿੰਨੀ ਕੀਮਤ ਹੈ, ਕਿੰਨੇ ਦਾ ਸੋਨਾ ਗਿਆ। ਸਰ ਕਿਸ ਤਰ੍ਹਾਂ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ? ਪਿੱਛੇ ਉਹਨਾਂ ਕੰਧ ਪੜੀ ਹੈ ਜੀ, ਕੰਧ ਪੜ ਕੇ ਅੰਦਰ ਦਾਖਲ ਹੋਏ ਨੇ, ਤੋ ਦੇਖ ਲੈਂਦੇ ਸਾਰਾ, ਦੇਖਣ ਡਿਆ ਜੀ। ਕਿੰਨੇ ਜਾਣੇ ਸੀ? ਪਤਾ ਨਹੀਂ, 2 ਬੰਦੇ ਕੈਮਰੇ CCTV ਕੈਮਰੇ 'ਚ ਆਉਂਦੇ ਆ, ਬਾਕੀ ਚੈੱਕ ਕਰਨ ਡਿਆ ਜੀ। ਬਿਊਰੋ ਰਿਪੋਰਟ, ਪੰਜਾਬ ਕੇਸਰੀ TV।